ਬਠਿੰਡੇ ਦੇ ਸਿਆਸਤਦਾਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਭੁਚਾਲ ਲਿਆ ਕੇ ਰੱਖ ਦਿੱਤਾ। ਤੁਸੀਂ ਗੱਲ ਸਮਝ ਗਏ ਹੋਵੋਗੇ ਮੈਂ ਗੱਲ ਕਿਹਨਾਂ ਦੀ ਕਰ ਰਿਹਾ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਬਠਿੰਡਾ ਤੋਂ ਸਾਬਕਾ ਵਿਧਾਇਕ ਵੀ ਰਹੇ ਨੇ, ਅੱਜ ਕੱਲ੍ਹ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਜੋ ਅਸਤੀਫਾ ਦਿੱਤਾ, ਉਸ ਤੋਂ ਬਾਅਦ ਉਹਨਾਂ ਨੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਸੁਰਖੀਆਂ ਪੰਜਾਬ ਦੇ ਵਿੱਚ ਕਾਫੀ ਬਣੀਆਂ ਹੋਈਆਂ ਨੇ। ਇਸ ਵਕਤ ਵਿਸ਼ੇਸ਼ ਤੌਰ 'ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮਨਪ੍ਰੀਤ ਸਿੰਘ ਬਾਦਲ ਦੇ ਰਾਈਟ ਹੈਂਡ ਅਤੇ ਉਹਨਾਂ ਦੇ ਕਰੀਬੀ ਜੈਜੀਤ ਸਿੰਘ ਜੋਹਲ ਨੇ, ਜੋ ਹਮੇਸ਼ਾ ਅਕਸਰ ਦੀ ਤਰ੍ਹਾਂ ਉਹਨਾਂ ਦੇ ਜੋ ਬਿਆਨ ਨੇ ਉਹ ਉਹਨਾਂ ਦੇ ਵੱਲੋਂ ਜਾਰੀ ਹੁੰਦੇ ਨੇ। ਜੋਹਲ ਸਾਹਿਬ, ਡੇਲੀ ਪੋਸਟ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸਭ ਤੋਂ ਪਹਿਲਾਂ ਸਵਾਲ ਜਾਣਨ ਤੋਂ ਪਹਿਲਾਂ ਅਸੀਂ ਇਹੀ ਪੁੱਛ ਲੈਂਦੇ ਹਾਂ ਕਿ ਮਨਪ੍ਰੀਤ ਸਿੰਘ ਬਾਦਲ ਨੇ ਜੋ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਸ਼ਾਮਲ ਹੋਏ ਸੀ, ਉਸ ਤੋਂ ਬਾਅਦ 5 ਸਾਲ ਖਜ਼ਾਨਾ ਮੰਤਰੀ ਰਹੇ, ਸੱਤਾ ਭੋਗੀ, ਸਾਰਾ ਕੁਝ ਕੀਤਾ, ਹੁਣ ਐਸਾ ਕੀ ਕਾਰਨ ਬਣਿਆ ਕਿ ਉਹਨਾਂ ਨੇ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ? ਪਹਿਲੀ ਗੱਲ ਤਾਂ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਮਨਪ੍ਰੀਤ ਬਾਦਲ ਸਾਹਿਬ ਵੱਲੋਂ ਮੈਂ ਕੋਈ ਬਿਆਨ ਦਿੰਦਾ, ਮੈਂ ਉਹਨਾਂ ਵੱਲੋਂ ਨਹੀਂ ਦਿੰਦਾ। ਇਹ ਮੇਰੇ ਆਪਦੇ ਪਰਸਨਲ ਓਪੀਨੀਅਨਸ ਨੇ, ਮੇਰੇ ਆਪਦਾ ਪਰਸਨਲ ਓਪੀਨੀਅਨ ਹੈ। ਉਹ ਜਿਹੜੇ ਉਹਨਾਂ ਨੇ ਸਟੇਟਮੈਂਟ ਦੇਣੀ ਉਹ ਆਪ ਦਿੰਦੇ ਆ। ਦੂਸਰੀ ਗੱਲ ਇਹ ਕਿ ਮੈਂ ਕੱਲ੍ਹ ਵੀ ਇਹ ਗੱਲ ਕਹੀ ਸੀ ਕਿ ਪੋਲੀਟਿਕਸ ਜਾਂ ਸਿਆਸਤ ਵਿੱਚ ਤੁਸੀਂ ਆਉਂਦੇ ਹੋ ਇੱਜ਼ਤ ਲਈ ਆਉਂਦੇ ਹੋ, ਅਤੇ ਮਨਪ੍ਰੀਤ ਜੀ ਹਮੇਸ਼ਾ ਕਹਿੰਦੇ ਕਿ ਜਿਸ ਘਰ ਦੇ ਵਿੱਚ ਤੁਹਾਡੀ ਇੱਜ਼ਤ ਹੈ ਨਹੀਂ, ਉਸ ਘਰ 'ਚ ਫਿਰ ਬਾਹਲੀ ਦੇਰ ਰੁਕਣਾ ਨਹੀਂ ਚਾਹੀਦਾ। ਸਾਡੇ ਤਾਂ ਇਹ ਹੋਇਆ ਜੀ ਵੀ ਅਸੀਂ ਸੱਤਾ ਦੇ ਭੁੱਖੇ ਹਾਂ, ਅਸੀਂ 5 ਸਾਲ ਸੱਤਾ ਤੋਂ ਬਗੈਰ ਨਹੀਂ ਰਹਿ ਸਕਦੇ। 2010 ਦੇ ਵਿੱਚ ਅਸੀਂ FMC, ਮਨਪ੍ਰੀਤ ਜੀ FMC, ਸ਼੍ਰੋਮਣੀ ਅਕਾਲੀ ਦਲ ਦੇ ਸੀ, ਮੁੱਖ ਮੰਤਰੀ ਦੇ ਪਰਿਵਾਰ ਦੇ ਮੈਂਬਰ ਸੀ। 2.25 ਸਾਲ ਸਰਕਾਰ ਨੂੰ 2.5 ਸਾਲ ਪਏ ਸੀ ਅਤੇ ਅਸੀਂ ਕੁਰਸੀ ਛੱਡ ਕੇ ਆਏ ਸੀ ਜਦੋਂ ਅਕਾਲੀ ਦਲ ਨੇ ਸਾਨੂੰ ਪਾਰਟੀ 'ਚੋਂ ਬਾਹਰ ਕੀਤਾ ਸੀ। ਚਲੋ ਵਟਐਵਰ, ਉਦੋਂ ਜੇ ਅਸੀਂ ਇੰਨੇ ਹੀ ਸੱਤਾ ਦੇ ਪੱਖੇ ਹੁੰਦੇ ਤਾਂ ਫਿਰ ਅਸੀਂ 2012 ਦੇ ਇਲੈਕਸ਼ਨਾਂ ਤੋਂ 2-3 ਮਹੀਨੇ ਪਹਿਲਾਂ ਪਾਰਟੀ ਛੱਡ ਦਿੰਦੇ। ਫਿਰ ਉਦੋਂ ਸਾਨੂੰ ਕਾਂਗਰਸ ਨੇ ਉਦੋਂ ਹੀ ਇਨਵਾਈਟ ਕੀਤਾ ਸੀਗਾ, ਉਦੋਂ ਵੀ ਹਵਾ ਇਹ ਸੀਗਾ ਜੀ ਵੀ ਕਾਂਗਰਸ ਆਊਗੀ, ਬਟ ਅਸੀਂ ਇੱਕ ਡਿਫਰੈਂਟ ਆਈਡੀਓਲੋਜੀ ਲੈ ਕੇ ਪਹਿਲੀ ਵਾਰ ਕਿ ਫਾਈਨਾਂਸਿਸ ਦੇ ਇਸ਼ੂ 'ਤੇ ਰਿਜ਼ਾਈਨ ਕੀਤਾ ਅਤੇ ਫਾਈਨੈਂਸ ਦੇ ਇਸ਼ੂ ਨੂੰ ਅਸੀਂ ਪੰਜਾਬ ਦੇ ਪਲੈਟਫਾਰਮ 'ਤੇ ਇੱਕ ਫਾਈਨੈਂਸ ਨੂੰ ਇਸ਼ੂ ਬਣਾਇਆ। ਇਹ ਅੱਜ ਤੱਕ ਕਿਸੇ ਵੀ ਸਟੇਟ ਦੇ ਵਿੱਚ ਇਕਨੋਮਿਕ ਪਾਲਿਸੀਜ ਇੱਕ ਪਲੈਟਫਾਰਮ ਨਹੀਂ ਬਣਿਆ ਹੈ ਕਦੇ ਵੀ। ਅਸੀਂ ਇੱਕ ਨਵੀਂ ਆਈਡੀਓਲੋਜੀ ਮਨਪ੍ਰੀਤ ਜੀ ਲੈ ਕੇ ਆਏ। ਤੀਸਰਾ ਫਰੰਟ ਦਾ ਕੋਈ ਚਾਂਸ ਨਹੀਂ ਸੀ ਹੁੰਦਾ, ਉਦੋਂ ਲੋਕ ਅਕਾਲੀ ਦਲ BJP ਅਤੇ ਕਾਂਗਰਸ ਦੇ ਧੜਿਆਂ 'ਚ ਬੰਨੇ ਹੋਏ ਸੀਗੇ, ਬਟ ਅਸੀਂ ਉਹ ਇੱਕ ਆਈਡੀਓਲੋਜੀ ਲੈ ਕੇ ਆਏ। ਠੀਕ ਹੈ, ਅਸੀਂ ਨਹੀਂ ਕਾਮਯਾਬ ਹੋਏ, ਅਸੀਂ ਆਪਦਿਆਂ ਨੂੰ ਕਾਮਯਾਬ ਸਮਝਦੇ ਕਿ ਅਸੀਂ ਇੱਕ ਸੋਚ 7-8% ਬੰਦਾ ਸੀ, 7 ਲੱਖ ਬੰਦਾ ਸੀ, ਬਹੁਤ ਹੁੰਦਾ। ਉਹਨਾਂ ਨੇ ਸਾਡੀ ਗੱਲ ਮੰਨੀ। ਰਾਜਾ ਵੜਿੰਗ ਦੀ ਇਹ ਸਟੇਟਮੈਂਟ ਹੈ, ਉਹਨਾਂ ਨੇ ਬਹੁਤ ਵਾਰੀ ਭਾਸ਼ਣਾਂ ਦੇ ਵਿੱਚ ਇਹ ਬੋਲੀ ਹੈ ਕਿ ਬਾਦਲ ਬਾਦਲ ਆਪਸ 'ਚ ਰਲੇ ਹੋਏ ਨੇ, ਜਦੋਂ ਕਿ ਜਿਹੜਾ MP ਦੀ ਚੋਣਾਂ ਦੇ ਵਿੱਚ ਉਹਨਾਂ ਦੀ ਵੱਡੀ ਹਾਰ ਦਾ ਕਾਰਨ ਉਹਨਾਂ ਨੇ ਉਹਨਾਂ ਨੂੰ ਰੱਖਿਆ ਸੀਗਾ, ਅਤੇ ਅੱਗੇ ਕਿਵੇਂ ਵੇਖਦੇ ਫਿਰ ਇਸ ਨੂੰ? ਕਿਉਂਕਿ ਉਹਨਾਂ ਦੇ ਮੇਨ ਭਾਸ਼ਣਾਂ ਦੇ ਵਿੱਚ ਇਹੀ ਗੱਲ ਜ਼ਿਕਰ ਹੋਇਆ ਸੀ। ਕੀ ਜ਼ਿਕਰ ਹੋਇਆ ਸੀ? ਕਿ MP ਦੀ ਚੋਣਾਂ ਦੇ ਵਿੱਚ ਰਾਜਾ ਵੜਿੰਗ ਦੀ ਹਾਰ ਦਾ ਕਾਰਨ ਮਨਪ੍ਰੀਤ ਸਿੰਘ ਬਾਦਲ ਸੀਗੇ, ਜਿਨ੍ਹਾਂ ਦੇ ਵੱਲੋਂ ਬਾਦਲ ਬਾਦਲ ਆਪਸ ਦੇ ਵਿੱਚ ਮਿਲੇ ਸੀ। ਉਹਦੇ ਕਹਿਣ ਦੇ ਮੁਤਾਬਿਕ ਉਹ ਕਹਿੰਦਾ ਸੀ ਕਿ ਮੈਨੂੰ ਇਹਨਾਂ ਨੇ ਮੇਰੀ ਸਪੋਰਟ ਨਹੀਂ ਕੀਤੀ। ਇਹ ਉਹਨੇ ਸਟੇਟਮੈਂਟ 1.5 ਸਾਲ ਬਾਅਦ ਦਿੱਤੀ ਜਾਂ 2 ਸਾਲ ਬਾਅਦ, 2019 ਤੋਂ ਲੈ ਕੇ 2021 ਤੱਕ ਤਾਂ ਬੋਲਿਆ ਨੇ। ਰਾਜਾ ਵੜਿੰਗ ਜੋ ਮਰਜ਼ੀ ਬੋਲੀ ਜਾਵੇ, ਮੈਂ ਜੋ ਮਰਜ਼ੀ ਕਹੀ ਜਾਵਾਂ, ਉਹਦਾ ਕੋਈ ਜਿਹੜੇ ਕਾਂਗਰਸ ਦੇ ਵਰਕਰਸ ਹੈ, ਆਹ ਸਾਡੇ MCA ਬੈਠੇ ਇੱਥੇ, ਤੁਸੀਂ ਇਹਨਾਂ ਨੂੰ ਪੁੱਛੋ। ਮੈਂ ਹਮੇਸ਼ਾ ਕਹਿੰਦਾ ਬੰਦਾ ਇਸ਼ਾਰਾ ਸਮਝ ਜਾਂਦਾ, ਜਦੋਂ ਕਿਸੇ ਵਰਕਰ ਨੂੰ ਤੁਸੀਂ ਇਸ਼ਾਰਾ ਦਿੰਦੇ ਨਾ, ਉਹ ਸਮਝ ਜਾਂਦਾ ਯਾਰ ਵੀ ਇਹ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ। ਜੇ ਮੈਂ ਸਪੋਰਟ ਨਹੀਂ ਕਰਨੀ, ਫਿਰ ਮੈਂ ਆਰਾਮ ਨਾਲ ਦਫ਼ਤਰ ਆਊਂਗਾ, 2-4 ਸਟੇਜਾਂ 'ਤੇ ਫੋਟੋ ਖਿਚਾ ਕੇ ਅਤੇ ਮੈਂ ਘਰ ਨੂੰ ਚਲੇ ਜਾਊਂਗਾ। ਇਹ ਕਹਿਣਾ ਕਿ ਜੀ ਮੇਰੀ ਇਹਨਾਂ ਨੇ ਐਂ ਨਹੀਂ ਕੀਤਾ, ਉਹਨੇ ਇਹਦੀ ਝੂਠ ਬੋਲਣ ਦੀ ਆਦਤ। ਇਹ ਵਿਚਾਰਧਾਰਾ ਦੇ ਮਤਭੇਦ, ਵਿਚਾਰਧਾਰਾ ਇੱਕੋ ਸੀ, ਫਿਰ ਆਪਸੀ ਮਤਭੇਦ ਕਿਵੇਂ? ਉਹਦਾ ਕਸੂਰ ਹੈ। ਤੁਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਅੱਜ ਤੱਕ ਕਿਸੇ ਸਟੇਜ 'ਤੇ ਕਿਸੇ ਆਪਦੇ ਪਾਰਟੀ ਦੇ ਕੁਲੀਗ ਦੇ ਖਿਲਾਫ਼ ਬੋਲਦੇ ਨਹੀਂ ਸੁਣੋਗੇ। ਤੁਸੀਂ ਕਦੀ ਸੁਣਿਆ ਕਿ ਉਹ ਆਪਦੇ ਓਪੋਜੀਸ਼ਨ ਦੇ ਲੀਡਰਾਂ ਦੇ ਖਿਲਾਫ਼ ਬੋਲੇ ਹੋਣ? ਉਦੋਂ ਸਰੂਪ ਚੰਦ ਸਿੰਘ ਸਾਡਾ ਅਪੋਜ਼ਿੰਗ ਕੈਂਡੀਡੇਟ ਸੀ, ਜਗਰੂਪ ਗਿੱਲ ਅਪੋਜ਼ਿੰਗ ਕੈਂਡੀਡੇਟ ਸੀ, ਕਦੀ ਮਨਪ੍ਰੀਤ ਜੀ ਨੇ ਉਹਨਾਂ ਦੇ ਖਿਲਾਫ਼ ਇੱਕ ਲਫ਼ਜ਼ ਨਹੀਂ ਕਿਹਾ, ਅਤੇ ਇਹ ਆਪਦੇ ਪਾਰਟੀ 'ਚ ਬੋਲਦਾ ਰਹਿੰਦਾ ਸੀ। ਪਰ ਇਹ ਤਾਂ ਫਿਰ ਕਹਿੰਦਾ ਮੈਂ ਮਨਪ੍ਰੀਤ ਬਾਦਲ ਨੂੰ ਹਰਾਇਆ, ਮੈਂ ਮਨਪ੍ਰੀਤ ਬਾਦਲ ਨੂੰ ਹਰਾ ਤਾ।
ਮਨਪ੍ਰੀਤ ਬਾਦਲ ਨੂੰ ਹਰਾਇਆ ਸੀ ਕਿਉਂਕਿ ਮਨਪ੍ਰੀਤ ਬਾਦਲ ਉਦੋਂ 2012 ਇਲੈਕਸ਼ਨ ਇਸ ਤਰ੍ਹਾਂ ਦੇ ਇੰਡੀਪੈਂਡੈਂਟ ਕੈਂਡੀਡੇਟ ਸੀ। ਨਹੀਂ, ਆਪਸੀ ਮਸਲਾ ਜਦੋਂ ਇਹ ਉਲਝਿਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਰਾਹੁਲ ਗਾਂਧੀ ਕੋਲੇ ਜਾ ਕੇ ਇਹ ਨਹੀਂ ਗੱਲ, ਅਸੀਂ ਇਲੈਕਸ਼ਨਾਂ ਦੇ ਵਿੱਚ ਰਾਹੁਲ ਗਾਂਧੀ ਕੋਲ ਕਿਵੇਂ ਚਲੇ ਜਾਂਦੇ? ਇਲੈਕਸ਼ਨ ਛੱਡ ਕੇ ਸੀ, ਇੱਕ ਪਾਰਟੀ ਦਾ ਇੱਕ ਸਿਸਟਮ ਹੈ, ਉਹਨਾਂ ਨੇ ਇੱਕ ਆਪਦੇ ਕੋਟਰੀ ਭੇਜੀ ਹੋਈ ਹੈ, ਇੰਚਾਰਜ ਭੇਜੇ ਹੋਏ, ਹਰੀਸ਼ ਚੌਧਰੀ ਹੈ, ਸਾਰੇ ਹੈ, ਉਹਨਾਂ ਨੂੰ ਸ਼ਿਕਾਇਤ ਦਿੱਤੀ, ਜਿਹੜੇ ਬਠਿੰਡਾ ਦੇ ਇੰਚਾਰਜ ਸੀ ਉਹਨਾਂ ਨੂੰ ਸ਼ਿਕਾਇਤ, ਸੁਣਵਾਈ ਨਹੀਂ ਹੋਈ ਤੁਹਾਡੀ? ਜੇ ਸੁਣਵਾਈ ਹੋਈ ਹੁੰਦੀ ਤਾਂ ਫਿਰ ਇਹ ਨੌਬਤ ਹੀ ਨਾ ਆਉਂਦੀ, ਕਿਸੇ ਨੇ ਗੱਲ ਹੀ ਨਹੀਂ ਸੁਣੀ, ਨਾ ਰਾਹੁਲ ਗਾਂਧੀ ਨੇ ਸੁਣੀ ਤੇ ਨਾ ਹਰੀਸ਼ ਨੇ ਸੁਣੀ, ਨਾ ਕੇ ਸੀ ਵੇਣੁਗੋਪਾਲ ਨੇ ਸੁਣੀ ਤੇ ਨਾ ਲੋਕਲ ਕਿਸੇ ਨੇ ਸੁਣੀ। ਸੋ ਤੁਸੀਂ ਜੇ ਅਸੀਂ ਇੰਨੀ ਸੱਤਾ ਦੇ ਭੁੱਖੇ ਹੁੰਦੇ ਫਿਰ ਅਸੀਂ ਮਾਰਚ ਵਿੱਚ ਇਲੈਕਸ਼ਨ ਹਾਰੇ ਸੀ ਤੇ ਅਪ੍ਰੈਲ 'ਚ ਜੁਆਇਨ ਕਰ ਲੈਂਦੇ ਬੀਜੇਪੀ। ਤੁਹਾਡੇ ਇਸ ਡਿਸਪਿਊਟ ਤੋਂ ਬਾਅਦ ਤੁਹਾਡੇ ਹੀ ਪਾਰਟੀ ਦੇ ਕਈ ਜਿਹੜਾ ਇੱਕ ਵੱਖਰਾ ਜਿਹੜਾ ਧੜਾ ਸੀ ਉਹ ਧੜਾ ਇਹ ਕਹਿ ਰਿਹਾ ਕਿ ਜਿਹੜਾ ਤੁਹਾਡੀ ਹੁਣ ਆਪਸੀ ਜਿਹੜਾ ਇੱਕ ਵੱਡੀ ਹਾਰ ਦਾ ਕਾਰਨ ਜੈਜੀਤ ਸਿੰਘ ਜੋਹਲ ਸੀ, ਜਿਨ੍ਹਾਂ ਨੇ ਆਪਣੀ ਇੱਕ ਕਮਾਂਡ ਸੰਭਾਲੀ ਹੋਈ ਸੀ, ਜਿਨ੍ਹਾਂ ਨੇ ਇੱਕ ਆਪਣੀ ਨਿੱਜੀ ਟੀਮ ਰੱਖੀ ਹੋਈ ਸੀ ਅਤੇ ਉਹਨਾਂ ਦੀ ਸੁਣਵਾਈ ਹੀ ਨਹੀਂ ਹੋ ਰਹੀ ਸੀ, ਉਹਨਾਂ ਦਾ ਦਮ ਘੁੱਟ ਰਿਹਾ ਸੀ, ਉਸ ਤੋਂ ਬਾਅਦ ਫਿਰ ਇਹ ਐਕਸ਼ਨ ਹੋ ਗਿਆ। ਉਹ ਟੀਮ ਦੱਸ ਦੇਣਾ, ਜਿਹੜੇ ਕਹਿ ਰਹੇ ਹੋ ਤਾਂ ਟੀਮ ਦੇ ਮੈਂਬਰ ਸੀ, ਜਿਹੜੇ ਹੁਣ ਕਹਿ ਰਹੇ ਹੈ, ਕੌਣ ਕਹਿ ਰਿਹਾ, ਅਸ਼ੋਕ ਕਹਿ ਰਿਹਾ? ਨਹੀਂ, ਟਹਿਲ ਸਿੰਘ ਸੰਧੂ ਵਰਗੇ ਹੈ, ਟਹਿਲ ਸਿੰਘ ਸੰਧੂ ਸਾਡੀ ਟੀਮ ਦਾ ਕਦੀ ਵੀ ਮੈਂਬਰ ਨਹੀਂ ਸੀ, ਉਹ ਇੱਕ ਨੰਬਰ ਵਾਰਡ ਸੀ, ਐਮਸੀ ਦਾ ਇਲੈਕਸ਼ਨ ਹਾਰ ਗਿਆ ਸੀ ਉੱਥੋਂ, ਹੀ ਵਾਸ ਨਾਟ ਅ ਪਾਰਟ ਆਫ ਦ ਟੀਮ। ਜਗਰੂਪ ਗਿੱਲ ਨੂੰ ਤੁਸੀਂ ਆਪਣਾ ਮੈਂਬਰ ਸਮਝਦੇ ਹੋ? ਕਿਵੇਂ ਸਾਡਾ ਮੈਂਬਰ, ਉਹਦਾ ਸਾਡੇ ਆਪੋਜ਼ਿਟ ਸੀ, ਉਹ ਤੋਂ ਬਾਅਦ ਆਪੋਜ਼ਿਟ ਹੋਏ ਨੇ, ਪਹਿਲਾਂ ਉਹਦਾ ਉਹਨਾਂ ਦਾ ਤੁਹਾਡੇ ਮੈਂਬਰ ਸੀ ਉਹ? ਨਹੀਂ, ਆਬਵੀਅਸਲੀ ਮੈਂਬਰ ਸੀ, ਹੀ ਵਾਸ ਅ ਵੈਰੀ ਇੰਪੋਰਟੈਂਟ ਮੈਂਬਰ, ਇੰਪੋਰਟੈਂਟ ਮੈਂਬਰ ਸੀਗੇ। ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਧੜਾ ਬਦਲਿਆ ਤੇ ਇਹਨਾਂ ਨੇ ਸਾਰੀਆਂ ਗੱਲਾਂ ਇਹ ਬਾਤਾਂ ਰੱਖੀਆਂ ਕਿ ਜੈਜੀਤ ਸਿੰਘ ਜੋਹਲ ਇੱਕ ਵੱਡਾ ਕਾਰਨ ਸੀ ਜਿਸ ਦੇ ਕਰਕੇ ਅਸੀਂ, ਐ ਨਹੀਂ ਹੁੰਦਾ ਇਦਾਂ ਦਾ। ਇਹਨਾਂ ਨੂੰ ਕਹੋ ਕਿ ਮੇਰੇ ਨਾਲ ਗੁਰਦੁਆਰਾ ਸਾਹਿਬ ਚਲੇ ਜਾਣ, ਜੇ 100 ਨੂੰ ਮੰਨਦੇ ਆ, ਮੈਨੂੰ ਡਾਊਟ ਆ ਵੈਸੇ ਉਸ ਗੱਲ ਦਾ ਵੀ। ਇਹਨਾਂ ਨੇ ਇਹ ਕਿਹਾ ਸੀ ਵੀ ਜੇ ਜਗਰੂਪ ਗਿੱਲ ਨੂੰ ਬੁਲਾਇਆ ਤਾਂ ਅਸੀਂ ਅਸਤੀਫੇ ਦੇਵਾਂਗੇ। 34-32 ਕਿ 33 MC ਕਾਂਗਰਸ ਕਹਿੰਦੇ ਸੀ ਵੀ ਅਸੀਂ ਤਾਂ ਘਰੇ ਬਹਿ ਜਾਂਗੇ, ਇਹਨੂੰ ਨਹੀਂ ਬਣਾਉਣਾ, ਹੁਣ ਜਿਹਨੂੰ ਮਰਜ਼ੀ ਬਣਾ ਦਿਓ। ਤੁਹਾਨੂੰ ਲੱਗਦਾ ਕਿ 10 ਜਾਣੇ ਤਿਆਰ ਹੋਏ ਬੈਠੇ ਸੀ ਮੇਅਰ ਬਣਨ ਨੂੰ? ਜੇ ਜਗਰੂਪ ਸਿੰਘ ਗਿੱਲ ਸ਼ਾਇਦ ਜੇ ਮੇਅਰ ਬਣ ਜਾਂਦੇ ਤਾਂ ਸ਼ਾਇਦ ਇਹ ਦਿਨ ਨਾ ਵੇਖਣਾ ਪੈਂਦਾ? ਇਹ ਕੁਛ ਨਹੀਂ ਲਿਖਿਆ ਹੁੰਦਾ, ਜੇ ਐਂ ਹੋ ਜਾਂਦਾ ਤੇ ਜੇ ਅਸੀਂ ਅਕਾਲੀ ਦਲ ਨੇ ਛੱਡ ਦਿੱਤੇ ਤੇ ਅਸੀਂ 30 ਜੱਜ ਬੂਥ ਹੀ ਲਵਾ ਦਿੰਦੇ ਰਾਜੇ ਵੜਿੰਗ ਦੇ, ਇਹ ਕਿਹਨੇ ਵੇਖਿਆ ਹੁੰਦਾ, ਰਾਈਟ? ਇਹ ਤਾਂ ਅਸੀਂ ਇੱਕ ਇੰਡੀਪੈਂਡੈਂਟ ਕੈਂਡੀਡੇਟ ਸੀ ਤੇ ਵੋਟ 3 ਹਿੱਸਿਆਂ 'ਚ ਵੰਡੀ ਗਈ, ਕਾਂਗਰਸ ਦੀ ਬੱਜੀ ਵੋਟ ਸੀ, ਉਹਨੂੰ ਇਹ ਪੁੱਛੋ ਕਿ 1995 ਤੋਂ ਲੈ ਕੇ ਅੱਜ ਤੱਕ ਕਾਂਗਰਸ ਕਿੱਧਰ ਹੋਏ, ਵੋਟ ਕਿਉਂ ਨਹੀਂ ਵਧਾ ਸਕਿਆ? 2022 ਦੇ ਇਲੈਕਸ਼ਨ ਦੇ ਵਿੱਚ ਮਨਪ੍ਰੀਤ ਬਾਦਲ ਦੀ ਇਸ ਹਾਰ ਦਾ ਤੁਸੀਂ ਕਾਰਨ ਕੀ ਸਮਝਦੇ ਹੋ? ਦੇਖੋ, ਬਹੁਤ ਕਾਰਨ ਹੁੰਦੇ ਆ। ਮੈਂ ਹਮੇਸ਼ਾ ਕਿਹਾ ਕਿ ਮੈਂ ਵੀ ਇੱਕ ਫੈਕਟਰ ਸੀਗਾ, ਲੋਕਾਂ ਨੂੰ ਕੁਛ ਹੋਣੀਆਂ, ਪ੍ਰੋਬਲਮਸ ਹੋਣੀਆਂ, ਪਰ ਹਰੇਕ ਤੁਸੀਂ ਨਾਲੇ ਜਿਹੜੀ ਮੈਂ ਇੰਟਰਵਿਊ ਵੀ ਕਰ ਰਿਹਾ, ਅਸੀਂ ਇੱਕ ਨਵੀਂ ਪਾਰਟੀ ਨੂੰ ਜੁਆਇਨ ਕੀਤਾ, ਮੈਂ ਸ਼ਾਇਦ ਲਾਸਟ ਇੰਟਰਵਿਊ ਹੋਊਗਾ ਕਿ ਉਹਨਾਂ ਦਾ ਇੱਕ ਸੈੱਟ ਸਿਸਟਮ ਹੈ, ਹਰ ਇੱਕ ਬੰਦਾ ਮਾਈਕ ਦੇ ਅੱਗੇ ਨਹੀਂ ਜਾ ਸਕਦਾ, ਨਾ ਹੀ ਮੈਂ ਸਪੋਕਸ ਪਰਸਨ ਹਾਂ ਉਸ ਪਾਰਟੀ ਦਾ। ਐਂਡ ਜੇ ਹਰੇਕ ਹਾਰ ਤੇ ਜਿੱਤ ਤੋਂ ਤੁਸੀਂ ਗੁੱਡ ਐਂਡ ਪੁਆਇੰਟ ਬੈਡ ਪੁਆਇੰਟਸ ਲੈਂਦੇ ਹੋ, ਜਿਹੜੇ ਸਾਡੇ ਬੈਡ ਪੁਆਇੰਟ ਸੀਗੇ ਅਸੀਂ ਉਹਨਾਂ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਹੁਣ ਜਿਹੜੇ ਗੁੱਡ ਪੁਆਇੰਟਸ ਆ ਉਹਨੂੰ ਅਸੀਂ ਫਾਰਵਰਡ ਲੈ ਕੇ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਜੋਲ ਸਾਹਿਬ, ਗੱਲਬਾਤ ਰੱਖਣ ਦੇ ਲਈ ਸਮਾਂ ਦਿੱਤਾ ਤੁਸੀਂ, ਥੈਂਕ ਯੂ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਜੈਜੀਤ ਸਿੰਘ ਜੋਹਲ ਦੇ ਨਾਲ, ਜੋ ਮਨਪ੍ਰੀਤ ਬਾਦਲ ਦੇ ਨਾਲ ਕਰੀਬੀ ਰਿਸ਼ਤੇਦਾਰ ਨੇ, ਅਤੇ ਉਹਨਾਂ ਦੇ ਨਾਲ ਜੋ ਅਸੀਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ, ਆਉਣ ਵਾਲੇ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਜਪਾ ਦੇ ਵਿੱਚ ਰਹਿਣ ਵਾਲਾ, ਇਸ ਨੂੰ ਵੇਖਣ ਵਾਲੀ ਗੱਲ ਹੋਵੇਗੀ। ਫਿਲਹਾਲ ਦੇ ਵਿੱਚ ਜੋ ਬਠਿੰਡਾ ਦੀ ਸਿਆਸਤ ਇਸ ਸਮੇਂ ਇਸ ਮੁੱਦੇ ਦੇ ਉੱਤੇ ਪੱਕੀ ਹੈ, ਤਾਂ ਇਸ ਨੂੰ ਲੈ ਕੇ ਅਸੀਂ ਚਰਚਾ ਤੁਹਾਡੇ ਸੁਰਖਰੂ ਕੀਤੀ ਹੈ। ਸਹਿਯੋਗੀ ਸੂਰਜ ਦੇ ਨਾਲ ਗੌਤਮ ਕੁਮਾਰ, ਤੁਸੀਂ ਦੇਖ ਰਹੇ ਹੋ ਪੰਜਾਬ, ਹਰਿਆਣਾ, ਹਿਮਾਚਲ, ਬਠਿੰਡਾ।